ਸਾਫ਼ ਤੌਰ 'ਤੇ ਕਹਿ ਸਕਦੇ ਹਾਂ ਕਮਲਨਾਥ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਨੇ, ਕਿਉਂਕਿ ਲਗਾਤਾਰ ਇਹ ਜਿਹੜਾ ਸ਼ਖਸ ਹੈ ਇਹ ਸੁਰਖੀਆਂ 'ਚ ਬਣਿਆ ਰਿਹਾ। ਜਦੋਂ ਇਹ MP 'ਚ ਫਿਲਹਾਲ ਮੁੱਖ ਮੰਤਰੀ ਦੇ ਅਹੁਦੇ 'ਤੇ ਬੈਠਾ, ਤਦੋਂ ਵੀ ਲਗਾਤਾਰ ਇਹ ਚਰਚਾਵਾਂ ਹਵਾ 'ਚ ਰਹੀਆਂ ਕਿ ਕਦੋਂ ਇਹਨੂੰ ਸਜ਼ਾ ਹੋਵੇਗੀ। ਦੂਜੇ ਪਾਸੇ ਇਹ ਮਾਮਲਾ ਫਿਰ ਤੋਂ ਚੁੱਕਿਆ ਗਿਆ ਸਿੱਖ ਜਥੇਬੰਦੀਆਂ ਵੱਲੋਂ, ਅਤੇ ਸਿਰਸਾ ਦੀ ਗੱਲ ਕਰੀਏ ਤਾਂ ਇਸ ਮਾਮਲੇ ਨੂੰ ਲੈ ਕੇ ਉਹ ਲਗਾਤਾਰ ਸੈਂਟਰ ਦੇ ਵੀ ਸੰਪਰਕ 'ਚ ਰਹੇ ਨੇ, ਅਤੇ SIT ਵੀ ਇਸ ਮਾਮਲੇ 'ਤੇ ਜਾਂਚ ਪੜਤਾਲ ਕਰਦੀ ਨਜ਼ਰ ਆ ਗਈ। ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਵਿਖਾਉਂਦੇ ਹਾਂ ਮਾਮਲਾ ਦਰਅਸਲ ਹੈ ਕੀ ਸੀ, ਅਤੇ ਹੁਣ ਕਮਲਨਾਥ ਦੀਆਂ ਮੁਸ਼ਕਿਲਾਂ ਕਿਵੇਂ ਵੱਧਦੀਆਂ ਨਜ਼ਰ ਆ ਰਹੀਆਂ ਨੇ। 84 ਕਤਲੇਆਮ ਮਾਮਲੇ 'ਚ ਕਮਲਨਾਥ ਦੇ ਨਾਂ ਦਾ ਜ਼ਿਕਰ ਸਭ ਤੋਂ ਪਹਿਲਾਂ 2 ਨਵੰਬਰ 1984 ਨੂੰ ਹੋਇਆ ਸੀ, ਅਤੇ ਇੱਕ ਨਿੱਜੀ ਅਖਬਾਰ ਨੇ ਇਹਦਾ ਖੁਲਾਸਾ ਕੀਤਾ ਸੀ। 3 ਨਵੰਬਰ 1984 ਨੂੰ ਸਟੇਟਸਮੈਨ ਅਖਬਾਰ ਨੇ ਵੀ ਕਮਲਨਾਥ ਨਾਂ ਦਾ ਜ਼ਿਕਰ ਕੀਤਾ ਸੀ, ਉਹਨਾਂ ਨੇ ਨਾਂ ਜੋੜਿਆ ਸੀ। ਜਿੱਥੇ 2 ਸਿੱਖਾਂ ਨੂੰ ਜਿਉਂਦੇ ਜੀ ਸਾੜ ਦਿੱਤਾ ਗਿਆ ਸੀ, ਉਹ ਜਗ੍ਹਾ ਦਾ ਵੀ ਜ਼ਿਕਰ ਕੀਤਾ ਗਿਆ। 1 ਨਵੰਬਰ 1984 ਨੂੰ ਸੰਬੰਧੀ FIR ਨੰਬਰ 600184 ਪਾਰਲੀਮੈਂਟ ਸਵੀਟਸ ਪੁਲਿਸ ਥਾਣੇ 'ਚ ਦਾਇਰ ਹੋਈ ਸੀ। 1984 'ਚ ਦਾਇਰ ਹੋਈ ਸੀ 1 ਨਵੰਬਰ ਨੂੰ ਫਿਲਹਾਲ, ਜਿਹਦਾ ਜ਼ਿਕਰ ਵੀ ਕੀਤਾ ਗਿਆ। ਮਾਮਲੇ 'ਚ ਪੁਲਿਸ ਨੇ 5 ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਤਾਂ ਪੇਸ਼ ਕੀਤੀ ਸੀ। ਕਮਲ ਕੰਸਲ ਸਾਡੇ ਪੱਤਰਕਾਰ ਸਾਹਿਬ ਨਾਲ ਜੁੜਦੇ ਨਜ਼ਰ ਆ ਰਹੇ ਨੇ। ਕਬਲ, ਕੀ ਕੁਛ ਪੂਰਾ ਮਾਮਲਾ ਹੁਣ ਜਾਪਦਾ ਪ੍ਰਤੀਤ ਹੋ ਰਿਹਾ ਹੈ, ਕਬਲਾਤ ਨੂੰ ਕੀ ਹੁਣ ਸਜ਼ਾ ਹੋਵੇਗੀ? ਫਿਰ ਤੋਂ ਕੋਸ਼ਿਸ਼ ਕਰਾਂਗੇ, ਗ੍ਰਾਫਿਕਸ ਤੁਹਾਨੂੰ ਵਿਖਾ ਰਹੇ ਹਾਂ ਸਾਰੇ 5 ਦੋਸ਼ੀਆਂ ਦੀ ਰਿਹਾਇਸ਼ ਅਤੇ ਪਤੇ ਕਮਲਨਾਥ ਦੇ ਘਰ 'ਤੇ ਨੇੜੇ ਨੇ, ਅਤੇ ਇਸਦੇ ਉਲਟ ਕਮਲਨਾਥ ਇਸ ਮਾਮਲੇ 'ਚ ਖੁਦ ਨੂੰ ਬੇਕਸੂਰ ਦੱਸਦੇ ਨਜ਼ਰ ਆ ਰਹੇ ਨੇ। ਪਰ ਸਵਾਲ ਇਹ ਕਿ ਹੁਣ ਕਮਲਨਾਥ ਨੂੰ ਸਜ਼ਾ ਹੋਵੇਗੀ? ਉਹਨਾਂ ਦਾ ਇਹ ਕਹਿਣਾ ਸੀ ਕਿ ਉਹ ਪਾਰਟੀ ਦੇ ਕਹਿਣ 'ਤੇ ਹੀ ਗੁਰਦੁਆਰਾ ਰਕਾਬਗੰਜ ਸਾਹਿਬ ਪੀੜ ਨੂੰ ਸਮਝਾਉਣ ਗਏ ਸਾਂ, ਅਤੇ ਨਾ ਕਿ ਭੜਕਾਉਣ ਦੇ ਲਈ ਉੱਥੇ ਪਹੁੰਚੇ ਸੀ। ਅਤੇ ਹੁਣ ਇਸ ਸੰਬੰਧੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਵਿਸ਼ੇਸ਼ ਜਾਂਚ ਟੀਮ ਬਣਾਈ ਹੈ, ਜੋ 84 ਸਿੱਖ ਕਤਲੇਆਮ ਦੇ ਬੰਦ ਹੋਏ ਕੇਸਾਂ ਦੀ ਮੁੜ ਜਾਂਚ ਪੜਤਾਲ ਕਰਦੀ ਨਜ਼ਰ ਆਵੇਗੀ। ਕਮਲ ਕੰਸਲ ਸਾਡੇ ਨਾਲ ਜੁੜ ਚੁੱਕੇ ਨੇ। ਕਮਲ, ਫਿਰ ਤੋਂ ਪਰਤਾਂ ਖੁੱਲਦੀਆਂ ਨਜ਼ਰ ਆ ਰਹੀਆਂ ਨੇ 84 ਦੇ ਮਾਮਲੇ ਨੂੰ ਲੈ ਕੇ, ਕਿਵੇਂ ਦੀਆਂ ਮੁਸ਼ਕਿਲਾਂ ਵੱਧਦੀਆਂ ਨਜ਼ਰ ਆ ਰਹੀਆਂ ਨੇ? बिल्कुल अमर जी, अपने दर्शकों को बताते हैं, जिस तरीके से DGMG के डेलीगेशन ने पहले जो गृह सचिव है उनसे मुलाकात की थी, लेकिन आज जिस तरीके से 2 बजे के आसपास उन्होंने मुलाकात की है और करीब एक मुलाकात 1 घंटे तक चली है SIT के सामने, और उन्होंने कहा है कि जिस तरीके से कमलनाथ की जो भूमिका रही है उसको उसकी जो जांच है वो की जाए, उन सारी चीजों को देखते हुए उन्होंने SIT ने आश्वासन दिया है कि इसकी अब जल्दी ही जांच बैठाई जाएगी और जो दूध का दूध है और पानी का पानी है वो किया जाएगा। ਦੂਜੇ ਪਾਸੇ 2 ਗਵਾਹਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਬਲ, ਕਿਆ ਉਹਨਾਂ ਨੂੰ ਵੀ ਤਲਬ ਕੀਤਾ ਜਾ ਸਕਦਾ ਹੈ ਜਲਦ? ਬਿਲਕੁਲ, ਜਿਸ ਤਰੀਕੇ ਸੇ SIT ਜਾਂਚ ਕਰਤੀ ਹੈ ਤੋ ਇੱਕ ਇੱਕ ਪਹਿਲੂ ਪਰ ਜਾਂਚ ਕਰਕੇ ਆਪਣੀ ਜੋ ਜਾਂਚ ਹੈ ਉਹ ਆਗੇ ਬੜਾਤੀ ਹੈ, ਤੋ ਉਸਕੋ ਦੇਖਤੇ ਹੋਏ ਕਹੀਂ ਨਾ ਕਹੀਂ ਜੋ ਗਵਾਹ ਹੈ ਜਾਂ ਕੋਈ ਦੂਸਰੇ ਲੋਕ ਹੈ ਜਾਂਚ ਮੇਂ ਜੋ ਸ਼ਾਮਿਲ ਹੈ ਉਹ ਕਿਸੀ ਕੋ ਵੀ ਬੁਲਾ ਸਕਤੇ ਹੈ ਔਰ ਕਿਸੇ ਵੀ ਪੁੱਛਤਾਛ ਕਰ ਸਕਤੀ ਹੈ। ਠੀਕ ਹੈ ਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਲਗਾਤਾਰ ਗ੍ਰਾਫਿਕਸ ਤੁਹਾਨੂੰ ਵਿਖਾ ਰਹੇ ਹਾਂ ਕਿਵੇਂ ਦਾ ਇਹ ਪੂਰਾ ਮਾਮਲਾ ਸੀ, ਕਿਵੇਂ ਦੀਆਂ ਸਰਗਰਮੀਆਂ ਸੀ, ਅਤੇ ਕਬਲਾਤ ਦੀਆਂ ਮੁਸ਼ਕਿਲਾਂ ਲਗਾਤਾਰ ਵੱਧਦੀਆਂ ਨਜ਼ਰ ਆ ਰਹੀਆਂ ਨੇ।